ਕਾਂਗਰਸ ਹਾਈਕਮਾਨ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮ ਪਤਨੀ ਡਾਕਟਰ ਮਨੋਜ ਬਾਂਸਲ ਨੂੰ ਉਮੀਦਵਾਰ ਘੋਸ਼ਿਤ ਕੀਤੇ ਜਾਣ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਵਿੱਚ ਬਗਾਵਤ ਦਾ ਦੌਰ ਸ਼ੁਰੂ ਹੋ ਚੁੱਕਿਆ। ਨਾਮਜ਼ਦਗੀ ਭਰਨ ਦੇ ਲਈ ਆਖਰੀ ਦਿਨ ਸੀ ਜਿੱਥੇ ਡਾਕਟਰ ਮੰਜੂ ਬਾਂਸਲ ਨੇ ਆਪਣਾ ਨਾਮਜ਼ਦਗੀ ਦਾਖਲ ਕੀਤਾ। ਦੂਜੇ ਪਾਸੇ 2012 ਦੇ ਚੋਣਾਂ ਦੇ ਵਿੱਚ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਗਾਗੋਵਾਲ, ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਮੌਜੂਦਾ ਪ੍ਰਧਾਨ ਆਯੁਸ਼ ਸ਼ਰਮਾ ਨੇ ਪਾਰਟੀ ਤੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣਾ ਨਾਮਜ਼ਦਗੀ ਦਾਖਲ ਕੀਤਾ। ਬਾਗੀ ਹੋਏ ਇਹਨਾਂ ਕਾਂਗਰਸੀ ਨੇਤਾਵਾਂ ਨੇ ਦੋਸ਼ ਲਗਾਇਆ ਕਿ ਹਾਈਕਮਾਂਡ ਨੇ ਜਿਸ ਨੂੰ ਉਮੀਦਵਾਰ ਬਣਾਇਆ ਉਹ ਨਾ ਤਾਂ ਕਾਂਗਰਸ ਪਾਰਟੀ ਦਾ ਮੈਂਬਰ ਹੈ ਤੇ ਨਾ ਹੀ ਇਸਨੇ ਟਿਕਟ ਦੇ ਲਈ ਅਪਲਾਈ ਕੀਤਾ ਸੀ। ਪਹਿਲਾਂ ਤਾਂ ਕਹਿਣਾ ਚਾਹੁੰਦੇ ਜਿਹੜਾ ਹਾਈਕਮਾਨ ਨੇ ਫੈਸਲਾ ਲਿਆ ਇੱਕ ਕਰਪਟ ਬੰਦੇ ਦੀ ਮਿਸਿਜ਼ ਨੂੰ ਮੰਜੂ ਵਾਲਾ ਨੂੰ ਟਿਕਟ ਦੇ ਕੇ ਨਵਾਜਿਆ, ਇਹ ਸਾਡੇ ਵਰਕਰਾਂ ਅਤੇ ਸਾਡੇ ਨਾਲ ਧੱਕਾ ਹੋਇਆ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ, ਨਾ ਹੀ ਅਸੀਂ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਸਹਿਯੋਗ। ਹਾਂ, ਜੇ ਪਰ ਹਾਈਕਮਾਨ ਸਾਡੇ ਜਿਹੜੇ ਅਸੀਂ 8 ਉਮੀਦਵਾਰ ਸੀ ਉਹਨਾਂ ਨੂੰ ਟਿਕਟ ਦਿੱਤਾ, ਅਸੀਂ ਇੱਕ ਜੁੱਟ ਟੁੱਕ ਕੇ ਅਸੀਂ ਉਹਨਾਂ ਦੀ ਨਾਤੇ, ਚਾਹੇ ਉਹ ਮੈਨੂੰ ਮਿਲਦੀ ਚਾਹੇ ਕਿਸੇ ਵੀ ਉਮੀਦਵਾਰ ਨੂੰ ਮਿਲਦੀ ਜੋ ਵੀ ਦਾਅਵੇਦਾਰ ਸੀ। ਪਰ ਅੱਜ ਅਸੀਂ ਇਹ ਫੈਸਲਾ ਲੈਂਦੇ ਹਾਂ ਕਿ ਅਸੀਂ ਮਨੋਜ ਬਾਲਾ ਦੇ ਨਾਲ ਨਹੀਂ ਚੱਲਾਂਗੇ, ਅਸੀਂ ਇਸ ਦੇ ਤੌਰ 'ਤੇ ਆਜ਼ਾਦ ਉਮੀਦਵਾਰ ਦੇ। ਪਰ ਜੋ ਵੀ ਇਹ ਉਮੀਦ ਅੱਜ ਜੋ ਟਾਈਮ ਥੋੜ੍ਹਾ ਕਰਕੇ ਮੈਂ ਅੱਜ ਕਾਗਜ਼ ਭਰੇ ਆ, ਇਸ ਲਈ ਮੈਂ ਆਪਣੇ ਵਰਕਰਾਂ ਖੁੱਲ੍ਹ ਕੇ ਕੋਈ ਗੱਲਬਾਤ ਨਹੀਂ ਕਰ ਸਕੀ। 1-2 ਦਿਨਾਂ ਵਿੱਚ ਮੈਂ ਵਰਕਰਾਂ ਮੀਟਿੰਗਾਂ ਕਰਕੇ ਫਿਰ ਅਗਲਾ ਕਦਮ ਚੱਕਾਂਗੀ। ਉਮੀਦਾਂ ਸੀ ਸਾਨੂੰ ਕਿਉਂਕਿ ਬੜੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ 'ਚ ਕੰਮ ਕਰ ਰਿਹਾ ਅਤੇ ਬਹੁਤ ਸਰਗਰਮੀ ਨਾਲ 15 ਸਾਲਾਂ ਤੋਂ ਲੱਗਿਆ ਹੋਇਆ, ਅਤੇ ਸਾਨੂੰ ਪੂਰਨ ਉਮੀਦ ਸੀ ਕਿ ਇਸ ਵਾਰੀ ਪਾਰਟੀ ਸੋਚ ਸਮਝ ਕੇ, ਕਿਉਂਕਿ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ, ਅਤੇ ਉਮੀਦ ਸੀ ਸਾਨੂੰ ਕਿ ਬੇਦਾਗ ਚਿਹਰਾ, ਇਮਾਨਦਾਰ, ਮਿਹਨਤੀ ਵਰਕਰ ਨੂੰ ਸਾਨੂੰ ਇਸ ਵਾਰੀ ਮੌਕਾ ਮਿਲੂਗਾ। ਪਰ ਇਸ ਵਾਰੀ ਪਾਰਟੀ ਨੇ ਸਾਡੇ ਨਾਲ ਬਹੁਤ ਹੀ ਜੱਗੋ ਤੇਰ ਵੀ ਕੀਤੀ ਹੈ ਕਿ ਜਿਹੜਾ ਸਾਡੀ ਪਾਰਟੀ ਦਾ ਵਰਕਰ ਵੀ ਨਹੀਂ, ਜਿਹੜਾ ਮੈਂਬਰ ਵੀ ਨਹੀਂ, ਸਾਡੀ ਪਾਰਟੀ 'ਚ ਹੀ ਹੈ ਨਹੀਂ, ਅਤੇ ਜਿਹਨੂੰ CBI ਕੋਰਟ ਨੇ 7 ਦੀ ਸਜ਼ਾ ਕੀਤੀ ਹੋਈ ਹੈ, ਉਹਦੀ ਵਾਈਫ ਨੂੰ ਜਿਹੜਾ ਹੈਗਾ ਟਿਕਟ ਦੇ ਕੇ, ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਸਾਡੇ ਇੱਥੇ ਥੋਪਿਆ। ਅਸੀਂ ਸਾਰੇ ਮਾਨਸਾ ਵਿਧਾਨ ਸਭਾ ਦੇ ਸਾਰੇ ਪਾਰਟੀ ਦੇ ਆਗੂਆਂ ਨੇ, ਸਾਰੇ ਪਾਰਟੀ ਦੇ ਪਿੱਟਾਂ ਨੇ, ਸਾਰੇ ਅਹੁਦੇਦਾਰਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਉਸ ਦੇ ਵਿਰੋਧ 'ਚ, ਅਤੇ ਅਸੀਂ ਆਜ਼ਾਦ ਲੜਨ ਦੀ ਜਿਹੜੀ ਅੱਜ ਅਸੀਂ ਨੋਮੀਨੇਸ਼ਨ ਭਰੇ ਹੈ ਕਿ ਅਸੀਂ ਜੇ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਅਸੀਂ ਵੀ ਫਿਰ ਜਵਾਬ ਉਹਦਾ ਉਸੇ ਤਰੀਕੇ ਨਾਲ ਹੀ ਦੇਵਾਂਗੇ ਜਿਸ ਤਰੀਕੇ ਨਾਲ ਉਹਨੇ ਸਾਡੇ 'ਤੇ ਉਮੀਦਵਾਰ ਥੋਪਿਆ। ਇਹ ਉਮੀਦਵਾਰ ਜਿਹੜਾ ਸਾਰੀਆਂ ਪਾਰਟੀਆਂ 'ਚ ਕੋਸ਼ਿਸ਼ ਕਰਕੇ ਆ ਗਿਆ ਕਿ ਮੈਨੂੰ ਪਾਰਟੀ 'ਚ ਸ਼ਾਮਲ ਕਰਾ ਲਓ, ਪਰ ਕਿਸੇ ਵੀ ਪਾਰਟੀ ਨੇ ਇਹਨੂੰ ਪਾਰਟੀ ਆਪਦੀ ਪਾਰਟੀ ਦੇ ਵਿੱਚ ਮੈਂਬਰਸ਼ਿਪ ਨਹੀਂ ਦਿੱਤੀ, ਸ਼ਾਮਲ ਨਹੀਂ ਕਰਾਇਆ, ਕਿਉਂਕਿ ਇਹ ਬਹੁਤ ਬੰਦਾ ਬਦਨਾਮ ਸੀ, ਸਜ਼ਾ ਹੋਈ ਹੋਈ ਹੈ, ਕਰਪਸ਼ਨ ਕੇਸ ਸਜ਼ਾ ਹੋਈ ਹੋਈ ਹੈ, ਇਹਨੇ ਬਹੁਤ ਵੱਡਾ ਘੁਟਾਲਾ ਕੀਤਾ, ਬੜੇ ਕੇਸਿਸ ਚੱਲ ਰਹੇ ਹੈ, ਅਤੇ ਸਾਰੀਆਂ ਪਾਰਟੀਆਂ ਨੂੰ ਲੱਗਦਾ ਸੀ ਕਿ ਜੇ ਇਹੋ ਜਿਹੇ ਚਿਹਰੇ ਸਾਡੇ 'ਚ ਆਉਣਗੇ ਤਾਂ ਪੂਰੇ ਪੰਜਾਬ ਸਾਡੀ ਇਮੇਜ ਜਿਹੜੀ ਹੈਗੀ ਹੈ ਖਰਾਬ ਹੋ। ਪਰ ਕਾਂਗਰਸ ਪਾਰਟੀ ਨੇ ਸਪੈਸ਼ਲ ਸਾਡੀ ਇੰਚਾਰਜ ਮੈਡਮ ਨੇ ਜਿਹੜੇ ਹੈਗੇ ਹੈ ਆਸ਼ਾ ਕੁਮਾਰੀ ਜੀ ਨੇ 2.5 ਕਰੋੜ ਦੇ ਵਿੱਚ ਜਿਹੜੀ ਹੈਗੀ ਹੈ ਮਾਨਸਾ ਦੀ ਟਿਕਟ ਜਿਹੜੀ ਹੈਗੀ ਹੈ ਵੇਚ ਦਿੱਤੀ ਹੈ। ਇਹ ਇਕੱਲੀ ਟਿਕਟ ਨਹੀਂ ਵੇਚੀ, ਸਾਰੇ ਮਾਨਸਾ ਵਿਧਾਨ ਸਭਾ ਨੂੰ ਕਾਂਗਰਸੀਆਂ ਨੂੰ ਵੇਚ ਦਿੱਤਾ, ਕਿਉਂਕਿ ਕਿਹੜੇ ਮੂੰਹ ਨਾਲ ਕਾਂਗਰਸੀ ਅੱਜ ਉਹਨੂੰ ਵੋਟ ਕਰਨ, ਕਿਉਂਕਿ ਜਦੋਂ ਸਾਡੇ ਨਾਲ ਨਾ ਉਹਨੇ ਸਾਡੀ ਲੜਾਈ ਲੜੀ ਹੈ, ਨਾ ਸਾਡੇ ਉਹ ਜੰਮੇ 'ਚ ਗਿਆ, ਨਾ ਉਹ ਸਾਡੇ ਮਰੇ 'ਚ ਗਿਆ, ਨਾ ਉਹ ਸਾਡੀ ਖੁਸ਼ੀ 'ਚ ਗਿਆ, ਅਸੀਂ ਲੜਾਈਆਂ ਅਸੀਂ ਲੜਦੇ ਰਹਿ ਗਏ, ਅਤੇ ਜਦੋਂ
ਸਮਾਂ ਆਇਆ ਪਾਰਟੀ ਤੋਂ ਉਹਦਾ ਕ੍ਰੈਡਿਟ ਲੈਣ ਦਾ, ਪਾਰਟੀ ਤੋਂ ਉਹਦਾ ਕੀਤੇ ਹੋਏ ਦਾ ਫਲ ਲੈਣ ਦਾ, ਤਾਂ ਉਸ ਮੌਕੇ ਇਸ ਬੰਦੇ ਨੂੰ ਜਿਹੜਾ ਸਾਰੀਆਂ ਪਾਰਟੀਆਂ 'ਚੋਂ ਕੱਢਿਆ ਹੋਇਆ, ਸਾਰੇ ਪਾਸੇ ਚੱਕਰ ਲਗਾ ਕੇ ਆਇਆ, 2 ਸਾਲ ਅੰਦਰ ਲਾ ਕੇ ਆਇਆ ਅਤੇ ਹੁਣ ਵੀ ਕੇਸ ਚੱਲ ਰਿਹਾ, ਉਹਨੂੰ ਪਾਰਟੀ ਨੇ ਟਿਕਟ ਦਿੱਤੀ ਹੈ। ਅਤੇ ਹੁਣ ਗੱਲ ਇਹ ਹੈ ਕਿ ਮੈਂ ਅਪੀਲ ਕਰਦਾ ਮੇਰੇ ਮਾਨਸਾ ਵਿਧਾਨ ਸਭਾ ਦੇ ਸਾਰੇ ਵੋਟਰਾਂ ਨੂੰ ਕਿ ਹੁਣ ਸੱਚ ਝੂਠ ਦੀ ਲੜਾਈ ਹੈ, ਇਹ ਮੁੱਛ ਦੀ ਲੜਾਈ ਹੈ, ਇਹ ਆਪਣੀ ਅਣਖ ਦੀ ਲੜਾਈ ਹੈ ਕਿ ਤੁਸੀਂ ਸਾਰਿਆਂ ਨੇ ਪਾਰਟੀ ਪਿੱਛੇ ਪਰਚੇ ਕਰਾਏ, ਅਕਾਲੀ ਦਲ ਨਾਲ ਤੁਸੀਂ ਲੜਾਈਆਂ ਲੜੀਆਂ, ਅਤੇ ਜਦੋਂ ਤੁਹਾਨੂੰ ਤੁਹਾਡੀ ਸਰਕਾਰ ਬਣਨ ਦਾ ਮੌਕਾ ਮਿਲ ਰਿਹਾ ਸੀ, ਜਦੋਂ ਤੁਹਾਨੂੰ ਲੱਗਦਾ ਸੀ ਕਿ ਸਾਡੀ ਸਰਕਾਰ ਆਊਗੀ, ਉਸ ਮੌਕੇ ਇਹੋ ਜਿਹੇ ਬਦਨਾਮ ਬੰਦੇ ਨੂੰ, ਇਹੋ ਜਿਹੇ ਬੇਕਾਰ ਬੰਦੇ ਨੂੰ ਤੁਸੀਂ ਸਾਡੇ ਤੇ ਥੋਪਿਆ। ਕਾਂਗਰਸੀ ਵਰਕਰ ਕਦੇ ਇਹਨੂੰ ਬਰਦਾਸ਼ਤ ਨਹੀਂ ਕਰਨਗੇ, ਜਿਵੇਂ ਆਇਆ ਉਵੇਂ ਹੀ ਅਸੀਂ ਵਾਪਸ ਭੇਜਾਂਗੇ, ਇੱਥੋਂ ਅਸੀਂ ਇਹਨੂੰ ਜਿੱਤਣ ਨਹੀਂ ਦੇਵਾਂਗੇ। ਇਹ ਅਸੀਂ ਸਾਰੇ ਪਾਰਟੀ ਨੂੰ ਇਹ ਮੈਸੇਜ ਲਾਉਂਦੇ ਹਾਂ, ਅਤੇ ਜਿੰਨਾ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਰ ਲਓ, ਕਿ ਜਿਵੇਂ ਜਿਤਾ ਕੇ ਭੇਜਿਆ ਕੋਸ਼ਿਸ਼ ਵੀ ਕਰੋਗੇ ਜਿਤਾਉਣ ਦੀ, ਪਰ ਇਹ ਤੁਹਾਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਇਹ ਸਾਰੇ ਵਰਕਰ ਜਿਹੜੇ ਹੈਗੇ ਆ ਇਹਨਾਂ ਨੇ ਤਹੀਆ ਕਰ ਲਿਆ, ਸਾਰੇ ਅਸੀਂ ਇੱਕ ਇੱਕ ਮੰਚ 'ਤੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਜੇ ਬੰਦੇ ਨੂੰ ਆਪਣਾ ਨੁਮਾਇੰਦਾ ਨਾ ਬਣਨ ਦਿਓ। ਜੇ ਉਹ ਜੇ ਲੋਕ ਆਪਣੇ ਦੇ ਰਾਜ ਕਰਨ ਲਈ ਆਉਣਗੇ, ਤਾਂ ਤੁਸੀਂ ਕਦੇ ਵੀ ਸਮਾਜ ਦੇ ਵਿੱਚੋਂ ਕਰਪਸ਼ਨ, ਬੇਰੁਜ਼ਗਾਰੀ ਜਾਂ ਤਰੱਕੀ ਕਦੇ ਨਹੀਂ ਸੋਚ ਸਕਦੇ, ਕਿਉਂਕਿ ਇਹ ਵਪਾਰੀ ਲੋਕ ਹੈ, ਇਹਨਾਂ ਨੇ ਹਮੇਸ਼ਾ ਆ ਕੇ ਵਪਾਰ ਕਰਨਾ, ਪੈਸਾ ਕਮਾਉਣਾ ਅਤੇ ਆਪਦਾ ਘਰ ਭਰਨਾ, ਅਤੇ ਆਪਣੇ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ, ਇਹ ਪੈਸੇ ਦੇ ਯਾਰ ਨੇ, ਇਹ ਆਪਣੇ ਹਮਦਰਦ ਨਹੀਂ। ਇਹੀ ਅੱਜ ਜਿਹੜਾ ਹੈਗਾ ਸਾਡੇ ਮਾਨਸਾ ਵਿਧਾਨ ਸਭਾ ਨੂੰ ਸੁਣਿਆ, ਅਤੇ ਅੱਜ ਅਸੀਂ ਨੋਮੀਨੇਸ਼ਨ ਭਰੇ ਹੈ, ਅਤੇ ਜ਼ੋਰ ਸ਼ੋਰ ਨਾਲ ਜਿਹੜਾ ਹੈਗਾ ਅਸੀਂ ਤਿਆਰੀ। ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।